ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਪਿਤਾ ਦੇ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਮੁਲਾਕਾਤ ਕੀਤੀ ਗਈ ਹੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਅਤੇ ਮੰਗ ਪੱਤਰ ਸੌਂਪਿਆ ਗਿਆ ਹੈ। ਮੰਗ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ। ਤਾਂ ਦੱਸ ਦਈਏ ਕਿ ਜਿਸ ਢੰਗ ਦੇ ਨਾਲ ਅੰਮ੍ਰਿਤਪਾਲ ਸਿੰਘ ਦੀ ਇੱਕ ਕਥਿਤ ਆਡੀਓ ਵੀ ਵਾਇਰਲ ਹੋਈ ਸੀ ਜੇਲ੍ਹ ਦੇ ਵਿੱਚੋਂ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰ ਦਿੱਤੀ ਹੈ, ਅੰਨ ਜਲ ਤਿਆਗ ਦਿੱਤਾ ਹੈ, ਪਿਛਲੇ ਕਰੀਬ 6 ਦਿਨਾਂ ਤੋਂ ਉਹਨਾਂ ਨੇ ਕੁਝ ਨਹੀਂ ਖਾਧਾ। ਤਾਂ ਇਸੇ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਪਿਤਾ ਦੇ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਪੰਜਾਬ ਦੀ ਜੇਲ੍ਹ ਦੇ ਵਿੱਚ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀ ਕਥਿਤ ਆਡੀਓ ਸਾਹਮਣੇ ਆਈ ਸੀ, ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਏ ਸੀ ਕਿ ਉਹਨਾਂ ਦੇ ਜਿਹੜੇ ਜੇਲ੍ਹ ਦੇ ਵਿੱਚ ਖੁਫੀਆ ਕੈਮਰੇ ਲਾਏ ਹੋਏ ਨੇ, ਈਵਨ ਕਿ ਉਹਨਾਂ ਦੇ ਜਿਹੜੇ ਵਾਸ਼ਰੂਮ ਹੈ ਉਹਦੇ ਵਿੱਚ ਵੀ ਖੁਫੀਆ ਕੈਮਰੇ ਲਾਏ ਗਏ ਨੇ ਅਤੇ ਉਹਨਾਂ ਦੀਆਂ ਨਿੱਜੀ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਗਈ ਸੀ, ਅੰਜਲ ਤਿਆਗ ਦਿੱਤਾ ਗਿਆ ਸੀ। ਇਸੇ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਪਿਤਾ ਦੇ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਹੈ, ਮੰਗ ਪੱਤਰ ਸੌਂਪਿਆ ਗਿਆ ਅਤੇ ਕਿਹਾ ਗਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੇ ਵੱਲੋਂ ਕਿਹਾ ਗਿਆ ਕਿ ਉਹ ਪ੍ਰਦਰਸ਼ਨ ਕਰਨਗੇ। ਤਾਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਹ ਮੰਗ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੇ ਵੱਲੋਂ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦੀ ਇੱਕ ਆਡੀਓ ਜੇਲ੍ਹ ਦੇ ਵਿੱਚੋਂ ਵਾਇਰਲ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਰੀਬ 1 ਸਾਲ ਤੋਂ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। NSA ਤਹਿਤ ਉਹਨਾਂ ਦੇ ਨਾਲ ਉਹਨਾਂ ਦੇ 8-9 ਸਾਥੀ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਹੁਣ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ, ਨਹੀਂ ਤਾਂ ਉਹ ਭੁੱਖ ਹੜਤਾਲ ਜਾਰੀ ਰੱਖਣਗੇ। ਅਤੇ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੇ ਵੱਲੋਂ ਵੀ ਇਹ ਹੁਣ ਮੰਗ ਹੈ ਉਹ ਡਿਪਟੀ ਕਮਿਸ਼ਨਰ ਦੇ ਅੱਗੇ ਰੱਖੀ ਗਈ ਹੈ। ਤਾਂ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਕਿਸੇ ਵੀ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸ਼ਿਫਟ ਕੀਤਾ ਜਾਵੇ। ਤਾਂ ਉੱਧਰ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਭੁੱਖ ਹੜਤਾਲ ਕਰਨ ਦੀ ਗੱਲ ਆਖੀ ਗਈ ਹੈ ਕਿ ਪਿਛਲੇ 5 ਤੋਂ 6 ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਭੁੱਖ ਹੜਤਾਲ 'ਤੇ ਨੇ, ਬਾਕੀ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਵੀ ਭੁੱਖ ਹੜਤਾਲ 'ਤੇ ਨੇ ਅਤੇ ਮੰਗ ਉਹੀ ਹੈ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ, ਕਿਉਂਕਿ ਅਸਾਮ ਦੇ ਵਿੱਚ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹੋਰ ਕੀ ਕੁਝ ਕਿਹਾ ਹੈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਸ਼ਿਫਟ ਕੀਤਾ ਜਾਵੇ, ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਜਿਹੜੀ ਇਹਨਾਂ ਨੂੰ ਕੋਈ ਸਭ ਤੋਂ ਖਤਰਨਾਕ ਜੇਲ੍ਹ ਲੱਗਦੀ ਹੈ, ਭਾਵੇਂ ਉੱਥੇ ਸ਼ਿਫਟ ਕੀਤਾ ਜਾਵੇ। ਉਹਨਾਂ ਦਾ ਆਖਰੀ ਫੈਸਲਾ ਇਹੋ ਹੀ ਆ ਵੀ ਅਸੀਂ ਭੁੱਖ ਹੜਤਾਲ ਫੇਰ ਤੋੜਾਂਗੇ ਜਦੋਂ ਸਾਨੂੰ ਪੰਜਾਬ ਦੀ ਜੇਲ੍ਹ ਸ਼ਿਫਟ ਕਰਨਗੇ। ਇੱਥੇ ਸਾਨੂੰ ਖਤਰਾ ਵਾ, ਇੱਥੇ ਸਾਨੂੰ ਇਹ ਕੁਛ ਵੀ ਖਾਣੇ 'ਚ ਮਿਲਾ ਕੇ ਜ਼ਹਿਰ ਵੀ ਦੇ ਸਕਦੇ ਆ, ਅਤੇ ਇਸ ਕਰਕੇ ਉਹਨਾਂ ਦਾ ਇਹ ਹੀ ਆਖਰੀ ਫੈਸਲਾ ਵਾ ਕਿ ਸਾਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ। ਇੱਥੇ ਆਣ ਕੇ ਅਸੀਂ ਭੁੱਖ ਹੜਤਾਲ ਤੋੜਾਂਗੇ ਆਪਣੀ। 6 ਦਿਨ ਤੋਂ ਭੁੱਖ ਹੜਤਾਲ 'ਤੇ ਆ, ਇਹਨਾਂ ਨੂੰ ਵੀ ਅੱਜ ਦਿੱਤਾ ਇਹਨਾਂ ਕਿ ਕੱਲ੍ਹ ਤੱਕ ਇਹ ਸਾਨੂੰ ਫੈਸਲਾ ਦਿੰਦੇ ਸਾਡੇ ਹੱਕ 'ਚ, ਠੀਕ ਆ, ਨਹੀਂ ਤਾਂ ਕੱਲ੍ਹ ਨੂੰ ਫਿਰ ਅਸੀਂ ਕੌਲ ਕਰਾਂਗੇ, ਅਸੀਂ ਧਰਨਾ ਲਾਵਾਂਗੇ, ਜੋ ਵੀ ਸਾਡੇ ਕੋਲ ਹੋਊਗਾ ਅਸੀਂ ਕਰਾਂਗੇ, ਭੁੱਖ ਹੜਤਾਲ 'ਤੇ ਪਵਾਂਗੇ। ਹਾਂ, ਆਡੀਓ ਉਹਨਾਂ ਦੀ ਸੱਚੀ ਆ, ਉਹਨਾਂ ਨੇ ਆਖਿਆ ਵਾ ਵੀ ਅਸੀਂ ਉਹ ਹੀ ਭੁੱਖ ਹੜਤਾਲ ਤੋੜਾਂਗੇ ਜਦੋਂ ਪੰਜਾਬ ਦੀਆਂ ਜੇਲ੍ਹਾਂ ਸ਼ਿਫਟ ਕੀਤਾ ਜਾਊਗਾ, ਕਿਉਂਕਿ ਉੱਥੇ ਉਹਨਾਂ ਨੇ ਬਹੁਤ ਧੱਕਾ ਕਰ ਰਹੇ ਆ, ਨਜਾਇਜ਼ ਕਰ ਰਹੇ ਆ। ਮੈਨੂੰ NSA ਲਾ ਕੇ 2500 ਕਿਲੋਮੀਟਰ ਦੂਰ
ਉਹਨਾਂ ਨੂੰ ਛੁੱਟਿਆ, ਇੱਥੇ ਪੰਜਾਬ 'ਚ ਜੇਲ੍ਹਾਂ ਮੁੱਕ ਗਈਆਂ। ਫਿਰ 10 ਮਹੀਨੇ ਚੰਗੇ ਭਲੇ ਨੇ ਹੋਣੇ ਉਹਨਾਂ ਦੀ ਐਨਐਸਏ ਮੁੱਕਣ ਵਾਲੀ ਹੋਣੀ, ਕੋਈ ਨਾ ਕੋਈ ਬਹਾਨਾ ਘੜ ਕੇ ਤਾਂ ਉਹਨਾਂ ਦੀ ਐਨਐਸਏ ਵਧਾਉਣਾ ਚਾਹੁੰਦੇ ਆ, ਉਹ ਹੁਣ ਹੋਣ ਨਹੀਂ ਦੇਣਾ। ਮੰਗ ਤਾਂ ਉਹੀ ਜੀ, ਜਿਹੜਾ ਉਹਨਾਂ ਨਾਲ ਉੱਥੇ ਬੇਇਨਸਾਫੀ ਹੋ ਰਹੀ ਆ ਜੇਲ੍ਹ 'ਚ, ਉਹ ਉਹਨਾਂ ਨੇ ਭੁਗਤਾ ਰੱਖੀ ਆ ਅਤੇ ਉਹਨਾਂ ਦੀ ਨਿੱਜਤਾ 'ਤੇ ਹਮਲਾ ਕੀਤਾ ਗਿਆ ਵਾ, ਜਿਹੜਾ ਬਹੁਤ ਨੀਚ ਹਰਕਤ ਆ। ਉਹਦੇ ਵਿਰੋਧ 'ਚ ਅਸੀਂ ਡੀਸੀ ਨੂੰ ਮੰਗ ਪੱਤਰ ਦਿੱਤਾ ਕਿ ਉਹਨਾਂ ਦੀ ਜੇਲ੍ਹ ਸ਼ਿਫਟ ਜਲਦੀ ਜਲਦੀ ਤਬਦੀਲ ਕੀਤੀ ਜਾਵੇ, ਅਤੇ ਉਹਨਾਂ ਨੇ ਸਾਡੀ ਗੱਲ ਨੂੰ ਸੁਣਿਆ ਅਤੇ ਉਹ ਕਹਿੰਦੇ ਸੀ ਕਿ ਮੈਂ ਸਰਕਾਰ ਨੂੰ ਫਾਰਵਰਡ ਕਰਦਾ, ਅਤੇ ਉਦੋਂ ਬਾਅਦ 'ਚ ਹੁਣ ਸਰਕਾਰ ਦਾ ਕੀ ਜਵਾਬ ਆਉਂਦਾ, ਉਸ ਤੋਂ ਬਾਅਦ 'ਚ ਅਸੀਂ ਅਗਲਾ ਫੈਸਲਾ ਅਸੀਂ ਕਰਾਂਗੇ। ਇਸ ਦੇ ਵਿੱਚ ਕੀ ਮੁਲਾਕਾਤ ਕੀਤੀ, ਕਿੰਨੀ ਦਿਨ ਹੋਈ ਹੈ, ਤੁਸੀਂ ਕਦੋਂ ਗਏ ਸੀ ਅੰਮ੍ਰਿਤਪਾਲ? ਮੁਲਾਕਾਤ ਕੀਤੀ ਨੂੰ 20 ਦਿਨ ਹੋ ਗਏ, ਉਹਨਾਂ ਦੀ ਮਾਤਾ ਨੂੰ ਮੁਲਾਕਾਤ ਕਰਕੇ ਅਸੀਂ ਅੰਮ੍ਰਿਤਪਾਲ ਦੇ, ਅਤੇ 20 ਦਿਨ ਹੋ ਗਏ, ਅਤੇ ਉਦੋਂ ਤਾਂ ਠੀਕ ਠਾਕ ਸੀ, ਸਭ ਸਹੀ ਚੱਲ ਰਿਹਾ ਸੀ, ਇਹ ਤਾਂ ਹੁਣ 5-4 ਦਿਨ ਤੋਂ ਹੀ ਇਹ ਪ੍ਰੋਬਲਮ ਆ ਰਹੀ। ਅੰਮ੍ਰਿਤ ਇਹ ਹੀ ਮੰਗ, ਪਹਿਲੀ ਮੰਗ ਤੁਹਾਡੀ ਹੈ।